ਜ਼ਿਲ੍ਹਾ ਜਲੰਧਰ ਦੇ ਪਿੰਡ ਸੇਲਕੀਆਣਾ ਵਿਖੇ ਕੁਝ ਨੌਜਵਾਨਾਂ ਵੱਲੋਂ ਸ਼ਰੇਆਮ ਹੀ ਤੇਜ਼ਧਾਰ ਹਥਿਆਰਾਂ ਨਾਲ ਇੱਕ ਨੌਜਵਾਨ ਉੱਪਰ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਦਾ ਸ਼ਿਕਾਰ ਹੋਏ ਨੌਜਵਾਨ ਦੀ ਪਹਿਚਾਣ ਗੁਰਦੀਪ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਨੌਜਵਾਨ ਤੇ ਹਮਲਾ ਕਰਨ ਤੋਂ ਬਾਅਦ ਉਕਤ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ, ਜਦਕਿ ਜ਼ਖਮੀ ਹੋਏ ਨੌਜਵਾਨ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਕਿ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਉਕਤ ਵਾਰਦਾਤ ਤੋਂ ਬਾਅਦ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਪਿੰਡ ਵਾਸੀਆਂ ਨੇ ਪੁਲਿਸ ਖਿਲਾਫ਼ ਰੋਸ ਪ੍ਰਗਟ ਕਰਦਿਆਂ ਰੋਡ ਜਾਮ ਕਰਕੇ ਪ੍ਰਦਰਸ਼ਨ ਕੀਤਾ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਜੋ ਵਾਰਦਾਤ ਹੋਈ ਹੈ ਉਹ ਇੱਕ ਚਿੰਤਾ ਦਾ ਵਿਸ਼ਾ ਹੈ, ਜਿਸ ਦੇ ਚੱਲਦਿਆਂ ਹੀ ਉਹਨਾਂ ਵੱਲੋਂ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਮੈਂ ਸੁਖਵਿੰਦਰ ਸੁਮਨ ਮੇਰਾ ਨਾਂ ਆ, ਮੈਂ ਸੇਲਕੀਆਣੇ ਦਾ ਵਾਸੀ ਹਾਂ। ਮੇਰਾ ਭਰਾ ਦੀ ਰਾਤ ਲੜਾਈ ਹੋਈ ਆ, ਠੀਕ ਆ, ਕੋਈ ਬਾਹਰੋਂ ਅਣਸ਼ਵਾਤੇ ਬੰਦੇ ਆਏ ਆ, ਠੀਕ ਆ, ਉਹਨੂੰ ਵੱਢ ਟੁੱਕ ਕੇ ਉੱਥੇ ਚਲ ਗਏ ਆ। ਕਿੰਨੇ ਮੁੰਡੇ ਇੰਜਰਡ ਹੋਏ ਆ? 5-6 ਜਣੇ ਹੋਣਗੇ। 6 ਜਣੇ, ਉਹਨਾਂ ਦੇ ਕਈਆਂ ਦੇ ਜ਼ਖਮੀ ਵੀ ਜ਼ਿਆਦਾ ਸੀਰੀਅਸ ਹੋਏ ਆ, ਭੇਜੇ ਬਾਹਰ ਜਲੰਧਰ ਭੇਜੇ ਆ। ਹਾਂਜੀ ਹਾਂਜੀ, ਜਿਹੜੇ ਵਾਰਦਾਤ ਹੋਈ ਕਾਰਨ ਕੀ ਸੀਗਾ? ਕਾਰਨ ਭਾਈ ਸਾਨੂੰ ਕੁਛ ਨੀ ਪਤਾ, ਸਾਨੂੰ ਕੋਈ ਕੁਛ ਨੀ ਪਤਾ। ਨਹੀਂ ਨਹੀਂ, ਸਾਨੂੰ ਕੋਈ ਨੀ ਪਤਾ, ਅਸੀਂ ਤਾਂ ਇੱਥੇ ਅੱਡੇ 'ਚ ਬੈਠੇ ਸੀਗੇ, ਮੁੰਡੇ ਪਿੱਛੋਂ ਆਏ ਆ, ਚੋਰ ਆ, ਚੋਰ ਆ। ਜ਼ਖਮੀ ਹੋਏ? ਜ਼ਖਮੀ ਹੋਏ ਮੇਰੇ ਭਰਾ ਦਾ ਨਾਂ ਗੁਰਦੀਪ ਕੁਮਾਰ ਆ ਤੇ ਮੁੰਡੇ ਦੂਜੇ ਦਾ ਨਾਂ ਜੱਗੀ ਆ। ਹਾਂਜੀ, ਮੰਗ ਸਾਨੂੰ ਚਾਹੀਦਾ ਆ, ਇਨਸਾਫ ਚਾਹੀਦਾ। ਇਸ ਮੌਕੇ DSP ਸਰਵਨਜੀਤ ਸਿੰਘ ਅਤੇ ਥਾਣਾ ਫਿਲੌਰ ਦੇ SHO ਸੁਖਦੇਵ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਤੇ ਧਰਨਾਕਾਰੀਆਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਤੇ ਸਰਵਨਜੀਤ ਸਿੰਘ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਵਾਇਆ ਕਿ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ। ਬਿਲਕੁਲ ਜੀ, ਲੱਗਿਆ ਹੋਇਆ ਸੀਗਾ। ਉਹਦੇ ਵਿੱਚ ਪਿੰਡ ਵਾਲਿਆਂ ਦਾ ਰੋਸ ਸੀਗਾ ਕਿ ਬੰਦੇ ਜਿਹੜੇ ਜਲਦ ਤੋਂ ਜਲਦ ਅਰੈਸਟ ਕੀਤੇ ਜਾਣ ਤੇ ਕਾਰਵਾਈ ਕੀਤੀ ਜਾਵੇ। ਸੋ ਉਸ ਦੇ ਵਿੱਚ ਪੁਲਿਸ ਦੇ ਵਿੱਚ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਜੀ, ਹਰ ਵੇਲੇ ਅਸੀਂ ਜਿਹੜਾ ਆ ਸਵਿਫਟ ਐਕਸ਼ਨ ਜਿਹੜਾ ਕਰਾਂਗੇ। ਇਹਦੇ ਵਿੱਚ ਉਹਨਾਂ ਦੀ ਸਟੇਟਮੈਂਟ ਲਿਖ ਕੇ ਤੇ ਰੈਲੇਵੈਂਟ ਸੈਕਸ਼ਨਸ ਦੇ ਵਿੱਚ ਜਿਹੜਾ ਆ ਪਰਚਾ ਦਰਜ ਕੀਤਾ ਜਾ ਰਿਹਾ ਤੇ ਇਹਨਾਂ ਨੂੰ ਜਲਦ ਤੋਂ ਜਲਦ ਜਿਹੜੇ ਇਹਦੇ ਅਨਨੋਨ ਬੰਦੇ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ ਜਾਏਗਾ। ਕਿੰਨੇ ਇੰਜਰਡ ਕਿੰਨੇ? ਇਹਦੇ ਵਿੱਚ 2 ਇੰਜਰਡ ਨੇ ਜੋ ਹਾਲ ਦੀ ਘੜੀ ਮੈਨੂੰ ਪਤਾ ਲੱਗਿਆ, ਸੋ ਹਸਪਿਟਲਾਈਜ਼ ਨੇ। ਸੋ ਉਹਨਾਂ ਦੀਆਂ ਸਟੇਟਮੈਂਟਸ ਵੀ ਲਈਆਂ ਜਾ ਰਹੀਆਂ ਤੇ ਕੋਸ਼ਿਸ਼ ਕੀਤੀ ਜਾ ਰਹੀ ਕਿ ਉਹਨਾਂ ਤੋਂ ਜਿਹੜੇ ਅਣਪਛਾਤੇ ਤੇ ਨੌਜਵਾਨ ਸੀ ਉਹਨਾਂ ਦਾ ਕੋਈ ਆਇਡੈਂਟੀਟੀ ਪਤਾ ਲੱਗ ਸਕੇ ਤੇ ਇਹਨਾਂ ਨੂੰ ਜਲਦ ਤੋਂ ਜਲਦ ਅਰੈਸਟ ਕਰ ਲਿਆ ਜਾਏਗਾ। ਕੀ ਇਹਨਾਂ ਦੇ ਕੋਈ ਪੁਰਾਣੇ ਰੰਜੇ ਸੀ? ਇਹ ਅਜੇ ਇਨਵੈਸਟੀਗੇਸ਼ਨ ਦਾ ਮੈਟਰ ਆ ਜੀ, ਉਹ ਚੈੱਕ ਕਰ ਲਿਆ ਜਾਏਗਾ।